ਮੈਨ ਦੇਖੋ ਚੰਗੀ ਤਰ੍ਹਾਂ ਤੁਹਾਡੀ ਫੋਟੋ ਇਹ ਦੇਖੋ ਹਾਂ ਇਮੋਸ਼ਨਲ ਹੋ ਗਿਆ ਸੀ ਇਹ ਡੈਡੀ ਕੋਲੋਂ ਪੜਿਆ ਗਾ ਡੈਡੀ ਕੋਲੇ ਝੁੰਬੇ ਸਕੂਲ 'ਚ ਡੈਡੀ ਲਓ ਜੀ ਮਸਾਲੇ ਆਪਾਂ ਪਾਤੇ ਸੀ ਥੋੜ੍ਹਾ ਜਿਹਾ ਪਾਇਆ ਪਾਣੀ ਸਿੱਧੇ ਵਿੱਚ ਚੱਲਦੀਆਂ ਦੂਰੀਆਂ ਦਾ ਸੱਪ ਕਿਤੇ ਸਾਨੂੰ ਡੰਗ ਜਾਵੇ ਨਾ ਹਾਏ ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜਾਵੇ ਨਾ ਸਤਿ ਸ਼੍ਰੀ ਅਕਾਲ ਸਰ ਮੈਂ ਉਮੀਦ ਕਰਦੀ ਤੁਸੀਂ ਠੀਕ ਠਾਕ ਹੋਵੋਗੇ ਸਖਤੀ ਸਾਡੀ ਕਰਮ ਵਲੋਗ ਤੇ ਨਾ ਕੇ ਮੈਂ ਜੋ ਸਾਰੇ ਗਾਈਸ ਆਪਾਂ ਉੱਠ ਗਏ ਸੀਗੇ ਸੱਚ ਫਿਰ ਦਾ ਟਾਈਮ ਹੋ ਗਿਆ ਆਪਾਂ ਰੈਡੀ ਵੀ ਹੋ ਗਈ ਸਾਹਿਬ ਹੱਦ ਤੱਕ ਰੈਡੀ ਨੇ ਉੱਠ ਗਿਆ ਡਰਾਮੇ ਨਾ ਕਰ ਇਹਨੇ ਫਿਰ ਤੂੰ ਬੋਲੀ ਕਿਉਂ ਇਹਨੇ ਐਵੇਂ ਗਾਈਸ ਨੀਂਦ 'ਚ ਕੋਈ ਫੜਦਾ ਨਹੀਂ ਹੁੰਦਾ ਪਾਪਾ ਨੌਂ ਚਲੇ ਗਏ ਸਾਡੇ ਗੀਜੇ ਦਾ ਬੂਮ ਬਲਾਸਟ ਹੋ ਗਿਆ ਬੂਮ ਬਲਾਸਟ ਅੱਗ ਨਿਕਲੀ ਸੀ ਉਹਦੇ ਵਿੱਚੋਂ ਪਾਣੀ ਮਾਰ ਦਿੰਦੀ ਪਾਗਲ ਸੋਰੀ ਮੇਰੇ ਤੋਂ ਬੋਲੇ ਕਿਵੇਂ ਪਾਣੀ ਮਾਰ ਦਿੰਦੀ ਬੁੱਝ ਜਾਂਦੀ ਨਹੀਂ ਬੁੱਝਦੀ ਅੱਗ ਤਾਂ ਉਹ ਤਾਂ ਗੀਜ਼ਰ ਬੰਦ ਕੀਤਾ ਤਾਂ ਹੋਇਆ ਨਾ ਉਹ ਗੀਜ਼ਰ ਚੱਲੀ ਜਾਂਦਾ ਸੀ ਤਾਂ ਕਰਕੇ ਫਿਰ ਅਸੀਂ ਗੀਜ਼ਰ ਬੰਦ ਕਰਤਾ ਮੈਂ ਦੇਖਿਆ ਸੀ ਮੈਂ ਨਹਾਉਣ ਜਾਂਦੇ ਸੀ ਉਦੋਂ ਮੰਮਾ ਬਣਾ ਰਹੇ ਆ ਆਪਣੇ ਵਾਸਤੇ ਰੋਟੀ ਵਟ ਆਰ ਯੂ ਡੂਇੰਗ ਮਾਮੀ ਗੁਡ ਮਾਰਨਿੰਗ ਬਾਈ ਮੇਰੀ ਫਰੈਂਡ ਵੀ ਪਰੌਂਠੀ ਲੈ ਕੇ ਆਉਂਦੀ ਹਰੇਕ ਸਬਜ਼ੀ ਨਾਲ ਸਵਾਦ ਲੱਗਦੀ ਆ ਮੈਨੂੰ ਸਵਾਦ ਨਹੀਂ ਲੱਗਦੀ ਪਤਾ ਨੀ ਕਿਉਂ ਆਪੇ ਹੋਇਆ ਨਹੀਂ ਉਹ ਕੀ ਹੋ ਗਿਆ ਉਹ ਮੈਂ ਅੰਦਰ ਗਈ ਠੀਕ ਹੈ ਗੀਜ਼ਰ ਚ ਧੂੰਆਂ ਨਿਕਲੇ ਅੱਗ ਆ ਕੇ ਮੈਂ ਬਾਹਰ ਭੱਜਿਆ ਹੀ ਪੈ ਗਈ ਜੇ ਉੱਤੇ ਪੈ ਗਈ ਠੰਡੇ ਨਾਲ ਨਜ਼ਾਰਾ ਹੁੰਦਾ ਨਾ ਕੇ ਮੈਨੂੰ ਨਹੀਂ ਲੱਗਦੀ ਭੂਆ ਬੁਖਾਰ ਉਤਰ ਗਿਆ ਨਹੀਂ ਉਤਰਿਆ ਕਿਵੇਂ ਸੁੱਕਾ ਗਿਆ ਅੱਛਾ
ਕਿਵੇਂ? ਚਾਹ ਪੀਣੀ ਹੈ ਭੂਆ? ਕੀ ਭੂਆ ਬੋਲੋ, ਕੀ ਕਹਿ ਰਹੇ ਹੋ? ਚਾਹ ਕਰ ਲਈ? ਹੋਰ ਪੀਣੀ ਹੈ ਦੱਸੋ? ਪੀਣੀ ਹੈ ਮੰਮਾ ਬਣਾਉਂਦੇ ਆ। ਗਾਈਸ ਆਪਾਂ ਪਰਸ ਨੂੰ ਦਾਣ ਪਾਉਣ ਚੱਲੇ ਆ, ਦਾਣੇ ਔਰ ਜਿਹੜੇ ਖਾਂਦੇ ਨੇ ਕਬੂਤਰ ਚਿੜੀਆ ਅਤੇ ਰੋਟੀ, ਨਾ ਰੋਟੀ ਵੀ ਪਾਏ ਹੁੰਦੇ ਆਪਾਂ। ਆਪਾਂ ਤੁਹਾਨੂੰ ਦੱਸ ਹੀ ਦਿੱਤਾ, ਆਪਾਂ ਰੈਡੀ ਹੋ ਗਏ ਸੀਗੇ। ਓ ਸ਼ਟ ਗਾਈਸ, ਆਪਣੇ ਨਾਲ ਬਹੁਤ ਛੋਟ ਹੋ ਗਿਆ, ਥੱਲੇ ਡਿੱਗੇ ਥੋੜ੍ਹੇ ਜਿਹੇ। ਚੱਲ ਕੋਈ ਨਹੀਂ, ਸਾਈਡ 'ਤੇ ਕਰ ਦਿਆ, ਇੱਥੇ ਪਾਣ ਆਉਂਦੀ ਹੁੰਦੀ ਹਾਂ ਮੈਂ। ਇਹ ਹੈਗਾ ਆਪਣਾ ਪਾਰਕ ਜੋ ਕਿ ਸਾਰਾ ਖਰਾਬ ਹੋ ਗਿਆ। ਇੰਨੇ ਜਿੱਥੇ ਬੂਟੇ ਲੱਗ ਗਏ ਨੇ ਨਾ, ਪਲਾਂਟਸ ਅਤੇ ਗੰਦਾ ਹੋ ਗਿਆ। ਅਤੇ ਇੱਥੇ ਮੈਂ ਬਾਹਰ ਆਉਂਦੀ ਹਾਂ, ਆਹ ਦੇਖੋ ਉੱਡ ਗਏ, ਪਾ ਕੇ ਦਿਖਾਉਂਦੀ। ਲਓ ਜੀ ਗਾਈਸ, ਸਾਹਿਬ ਵੀ ਆ ਗਿਆ। ਕੀ ਹੋਇਆ? ਟੁੱਟ ਗਈ ਪੂਰੀ। ਇੱਕ ਮਿੰਟ ਗਾਈਸ, ਮੇਰਾ ਹੱਥ ਪਈ ਕਰਨੀ, ਟੁੱਟ ਗਈ ਇਹਦੀ। ਚਲੋ ਹੁਣ ਆਪਾਂ ਕਰਦੇ ਘਰ ਦੇ ਚੰਨੀ, ਘਰੇ ਜਾਂਦੇ ਹਾਂ ਕਿਉਂਕਿ ਹੈ ਤੂੰ ਡਿੱਗੇਗਾ। ਮੋਟੀ ਤੋਂ ਬੈਠੇ ਨੀ ਆਉਂਦਾ ਮੋਟੀ ਪਹਿਲਵਾਨ, ਬਾਏ। ਅੱਜ ਲੇਟ 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 ਬਾਏ। ਉਹਨਾਂ ਦੇ ਵੀ ਵੈਨ ਆ ਗਈ, ਲੇਟ ਨਹੀਂ ਸੀਗੇ ਏਡੇ ਟਾਈਮ 'ਤੇ, ਬਸ ਇਹਨਾਂ ਨੂੰ ਅੱਛ ਵੀ ਹੁੰਦੀ ਆ। ਜਲਦੀ 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 ਪਾਪਾ ਜਲਦੀ, ਬੱਚੇ ਪਹਿਲਾਂ ਆ ਜਾਂਦੇ ਆ, ਬੱਚੇ ਪਹਿਲਾਂ ਆ ਜਾਂਦੇ ਆ। ਅੱਜ ਹਵਾ ਹੋਊ ਜੀ ਬੰਦ ਹੋਈ ਪਈ ਆ, ਮੌਸਮ ਮੰਜੀ ਡਾਉਣ ਵਾਲੀ ਆ। ਡਾਉਂਦੇ ਹਾਂ ਕੱਪੜੇ ਸੁੱਕਣੇ ਪਾਈਏ, ਧੋਤੇ ਪਏ ਆ। ਅੱਜ ਨਹੀਂ ਮੌਸਮ ਨਹੀਂ ਹੈਗੀ, ਗਰਮੈਸ਼ ਹੋਈ ਪਈ। ਓਹ ਮੌਸਮ ਨਹੀਂ ਹੈਗੀ, ਹਵਾ ਨਹੀਂ ਹੈਗੀ, ਗਰਮੈਸ਼ ਹੋਈ ਪਈ। ਹਾਲ ਦੇਖ ਲਓ, ਪਹਿਲਾਂ ਕੀ ਛਿੜਕਿਆ ਇੱਥੇ ਦਵਾਈ? ਦਵਾਈ ਛਿੜਕਦੀ ਅੱਜ ਕਮਰੇ 'ਚ, ਨਿੱਕੇ ਨਿੱਕੇ ਕੀੜੇ ਮਕੌੜੇ ਜੋ ਪਤਾ ਨਹੀਂ ਘਾਹ ਤੋਂ ਕਿੰਨੇ ਹੀ ਆਉਂਦੇ ਆ ਯਾਰ। ਕਲੋਰੋ ਸਮੈਲ ਆ ਰਹੀ ਹੈ ਹੋਰ ਹੈ, ਤੁਹਾਨੂੰ ਨਹੀਂ ਆ ਰਹੀ? ਅੱਜ ਸਾਰੇ ਜਵਾਬ ਦੇ ਗਏ, ਫਿਰ ਤੋਂ ਮੈਨੂੰ ਝਾੜੂ ਪੋਚਾ ਚੱਕਣਾ ਪਿਆ। ਬਹੁਤ ਗਰਮੀ ਆ, ਜੋ ਕੰਮ ਕਰਦੇ ਨਾ ਪਸੀਨੋ ਪਸੀਨ, ਬੰਦਾ ਪਸੀਨੇ ਨਾਲ ਨਹਾਤਾ ਜਾਂਦਾ, ਅੱਸੂ ਚੜ ਗਿਆ, ਪੂਰਾ ਫਰਕ ਨਹੀਂ ਗਰਮੀ 'ਚ। ਹਾਂਜੀ, ਕਹਿੰਦੇ ਬ੍ਰੇਕਫਾਸਟ ਆ ਗਿਆ, ਕਹਿੰਦੇ ਬ੍ਰੇਕਫਾਸਟ ਰਾਤ ਵਾਲੀ ਦਾਲ ਜਿਹੜੀ ਜਮੀ ਜਮੀ ਬਣੀ ਸੀ, ਨਾਲ ਪਰੌਂਠਾ ਨਾਲ ਦਹੀਂ। ਲੰਗਰ ਛਕਦੇ ਹਾਂ ਭਾਈ, ਆ ਜਾਓ। ਲੋ ਗਾਈਸ, ਆਪਾਂ ਨੇ ਕਰ ਲਿਆ ਬ੍ਰੇਕਫਾਸਟ, ਝਾੜੂ ਪੋਚੇ ਦਾ ਕੰਮ ਵੀ ਨਿਬੜ ਗਿਆ ਆਪਣਾ, ਸਾਰੇ ਹੋ ਗਏ, ਬਸ
ਬ੍ਰੇਕਫਾਸਟ ਥੋੜ੍ਹੇ ਜਿਹੇ ਭਾਂਡੇ ਆ ਇਹ ਵਾਸ਼ ਕਰਕੇ। ਜਨਾਬ ਜੀ ਗਏ ਉੱਧਰੋਂ ਮੁੰਡਾ ਆਇਆ, ਡੈਡੀ ਦੇ ਬੋਟਲ ਲਵਾਉਣੀ ਸੀ, ਡ੍ਰਿਪ ਲਵਾਉਣੀ ਸੀ। ਕੱਲ੍ਹ ਤੁਹਾਨੂੰ ਦੱਸਿਆ ਸੀ ਸ਼ਾਇਦ ਰਾਤ ਉਹ ਆਈ ਨਹੀਂ ਸੀ, ਕੱਲ੍ਹ ਆਉਣਾ ਸੀਗਾ, ਓਪਰੇਸ਼ਨ ਵਗੈਰਾ 'ਚ ਬੀਜ਼ੀ ਸੀਗੇ ਹੋਸਪਿਟਲ 'ਚ। ਇੱਥੇ ਉਹ ਘਰ ਆ ਕੇ ਲਾ ਜਾਂਦੇ ਹੁੰਦੇ ਆ, ਹੁਣ ਉਹ ਆਇਆ ਲਾਉਣ, ਉਹ ਲਵਾ ਰਿਹਾ। ਇੱਕ ਯੂਰ ਨਾਲ ਹੀ ਪਾਈਪ ਚੇਂਜ ਕਰਵਾਉਣੀ ਆ, ਫਿਰ ਮਿਲਾਉਂਦੇ ਹਾਂ ਤੁਹਾਨੂੰ ਡੈਡੀ ਨਾਲ। ਸ਼ੋ ਕਿੰਨੇ ਟਾਈਮ 'ਚ ਪੂਰੀ ਹੋ ਗਈ ਬੋਤਲ? ਹਜੇ ਤਾਂ ਇੰਨੀ ਕੀ ਹੋਈ ਆ, 3 ਘੰਟੇ। ਕੀ ਕਹਿੰਦਾ ਬੂਆ, 3 ਘੰਟੇ ਕਿਆ ਗਿਆ ਸੀ? ਤੈਨੂੰ ਪਤਾ ਨਹੀਂ, ਭਰ ਗਿਆ ਢਿੱਡ, ਭਰ ਗਿਆ। ਕੋਈ ਨਵੀਂ ਸਬਜ਼ੀ ਆਈ ਨਹੀਂ? ਪਾਲਕ ਆਈ ਹੈ ਬਸ। ਮਾਤਾ ਸਾਡੀ ਧੁੱਪੇ ਫਿਰਦੀ ਹੈ, ਦੇਖੋ ਸੈਰ ਕਰਦੀ, ਸ਼ਾਮ ਨੂੰ ਨਹੀਂ ਕਰਦੀ, ਧੁੱਪੇ ਜਾਂਦੀ ਹੈ। ਧੁੱਪੇ ਕਰਦੀ ਹੈ। ਕਿੱਦਾਂ ਧੁੱਪੇ ਸੈਰ ਕਰੀ ਜਾਂਦੇ ਹੋ? ਕਿੰਨੀ ਤਿੱਖੀ ਧੁੱਪ ਹੋਈ ਪਈ ਆ ਯਾਰ, ਇੰਨੀ ਧੁੱਪ। ਉਹ ਚੜ ਗਿਆ, ਉਹ ਕੀ ਚੜ ਗਿਆ ਦੱਸੋ? ਕੋਈ ਸਬਜ਼ੀ ਆਈ ਆ ਘੈਂਟ ਜੀ? ਹੁਣ ਤਾਂ ਖਾ ਗਿਆ ਘੈਂਟ ਜੀ ਸਬਜ਼ੀ ਲੈ ਕੇ ਆ, ਫਿਰ ਅਸੀਂ ਮਿੰਟ 'ਚ ਲੈ ਲਿਆ ਕਰੀ। ਤੂੰ ਪਨੀਰ ਵੀ ਰੱਖਿਆ ਕਰ ਆਦੀ ਰੈਡੀ ਤੇ, ਵੱਧੂ ਵੀ ਕੂਗਾ ਤੇਰਾ। ਚਲੋ ਰੈਨ ਤੋਂ ਪੇ ਖੜਾਇਆ, ਪਾ ਦੋ ਜਲਦੀ ਜਲਦੀ, ਜਿਹੜਾ ਬਾਈ ਨੂੰ ਤੇਰਾ ਗਰਮੀ ਦੇ। ਪਾਣੀ ਪੂਣੀ ਪੀਣਾ ਹੈ? ਚੰਗਾ ਬਾਈ, ਗੁੱਡ ਨਾਈਟ, ਟੇਕ ਕੇਅਰ, ਮਿਲਾਂਗੇ ਤੁਹਾਨੂੰ ਕੱਲ੍ਹ ਇੱਕ ਨਵੇਂ ਵਲੌਗ 'ਚ। ਅੱਗੇ ਕੁਛ ਹੈ ਹੀ ਨਹੀਂ ਸਾਡੇ ਕੋਲ ਪਾਉਣ ਨੂੰ, ਬਾਈ। ਬਾਹਰ ਹੋ ਗਿਆ ਨੀਰਾ, ਤਾਂ ਕਰਕੇ ਵੀਡੀਓ ਸਾਫ਼ ਨਹੀਂ ਆ ਰਹੀ। ਬੱਦਲ ਹੋ ਗਏ, ਬੱਦਲ, ਜਦੋਂ ਆਪਾਂ ਸਬਜ਼ੀ ਲੈਂਦੇ ਸੀ ਕਹਿੰਦੇ ਸੀ ਇੰਨੀ ਗਰਮੀ, ਇੰਨੀ ਗਰਮੀ, ਇੰਨੀ ਗਰਮੀ, ਇੰਨੀ ਗਰਮੀ, ਤਾਂ ਸਾਰੇ ਗਰਮੀ 'ਚ ਨਹੀਂ ਪਈ ਜਿੰਨੀ ਹੁਣ ਪਈ ਹੈ। ਆਪਣੇ ਉਹ ਹੈ ਨਹੀਂ ਗਾ ਨਾ, ਕਸਟਰਡ ਖਤਮ ਹੋਇਆ ਹੋਇਆ ਨਾ, ਨਹੀਂ ਆਪਾਂ ਕਸਟਰਡ ਬਣਾ ਲੈਂਦੇ। ਚਲ ਚਲੋ ਬਣਾਓ। ਕੀ ਬਣਾਵਾ? ਕਰਾਰੀ ਜੀ, ਕਰਾਰੀ ਬਣਾਵਾ। ਕੀ ਸੋਚਿਆ ਜੀ? ਓਟਸ। ਓਟਸ ਤਾਂ ਮਿੱਠੇ ਆ, ਜਾ ਕੇ ਖਾ ਲਏ ਫਿਰ। ਓਟਸ ਮਿੱਠੇ? ਯੈਸ। ਆਪਾਂ ਆਪਾਂ ਵੀ ਮਿੱਠੇ, ਆਪਾਂ ਨਮਕੀਨ ਟਰਾਈ ਕਰਦੇ ਹਾਂ। ਹਾਂਜੀ ਹਾਂਜੀ, ਚੰਗੋ ਬਾਏ, ਗੁੱਡ ਨਾਈਟ, ਟੇਕ ਕੇਅਰ। ਸੋਚਦੀ ਆ ਮੈਂ ਹਜੇ। ਹਾਂਜੀ ਜੇ ਮੈਂ ਕੋਲ ਆਇਆ ਤਾਂ, ਨਹੀਂ ਤਾਂ ਮਿੱਠੇ ਖਵਾ ਦੂੰਗੀ। ਓਕੇ, ਕਰਾਰੇ ਖਾਵਾਂਗੇ। ਜੇ ਤੁਹਾਨੂੰ ਨਾ ਸਵਾਲ ਲੱਗੇ ਫਿਰ ਖਾ ਲੂੰਗਾ, ਫਿਰ ਵੀ ਮੈਂ ਫਿਰ ਵੀ ਖਾ ਲੂੰਗੀ। ਹੋਰ ਸੋ ਬਣਾ ਤੇ ਆਪਾਂ ਬੱਚਿਆਂ ਵਾਸਤੇ, ਘਰਦਿਆਂ ਵਾਸਤੇ ਦੁੱਧ ਵਾਲੇ ਮਿੱਠੇ, ਅਤੇ ਇੱਧਰ ਬਣਾਉਂਦੇ ਹਾਂ ਨਮਕੀਨ ਓਟਸ। ਫਸਟ ਟਾਈਮ ਬਣਾਇਆ, ਪਿਆਜ਼, ਟਮਾਟਰ ਅਤੇ ਹਰੀ ਮਿਰਚ ਲੈ ਲਈ ਆ, ਬਾਕੀ ਤੁਸੀਂ ਆਪਦੇ ਅਕੋਰਡਿੰਗ ਕੋਈ ਵੀ ਸਬਜ਼ੀਆਂ ਪਾ ਸਕਦੇ ਹੋ। ਅਤੇ ਮੇਰੇ ਕੋਲ ਸ਼ਿਮਲਾ ਮਿਰਚ ਹੈ ਨਹੀਂ ਸੀ, ਅੱਜ ਮੈਂ ਲੈਣੀ ਭੁੱਲ ਗਿਆ ਕਿਉਂਕਿ ਮੇਰੀ ਕੋਈ ਪਹਿਲਾਂ ਸਲਾਹ ਨਹੀਂ ਸੀਗੀ। ਅਤੇ ਮਟਰ ਅਸੀਂ ਖਾਂਦੇ ਨੇ, ਜ਼ਿਆਦਾਤਰ ਇਹੀ ਹੁੰਦੀ ਹੈ, ਮਟਰ ਪਾ ਲਓ, ਸ਼ਿਮਲਾ ਮਿਰਚ ਪਾ ਲਓ, ਮਟਰ ਜਨਾਬ ਜੀ ਖਾਂਦੇ ਨੇ, ਤਾਂ ਕਰਕੇ ਆਪਾਂ ਇੰਨਿਆਂ ਨਾਲ ਹੀ ਬਣਾਵਾਂਗੇ ਪਿਆਜ਼, ਟਮਾਟਰ ਅਤੇ ਹਰੀ ਮਿਰਚ ਨਾਲ। ਤੁਹਾਨੂੰ ਬਣਾ ਕੇ ਦਿਖਾਉਣਾ ਫਿਰ, ਥੋੜ੍ਹਾ ਜਿਹਾ 'ਚ ਪਾਉਂਦੇ ਹਾਂ ਜੀਰਾ, ਬਾਕੀ ਅੱਗੇ ਦੇਖਦੇ ਰਿਓ। ਲਓ ਜੀ ਪਿਆਜ਼ ਅਤੇ
ਹਰੀਆਂ ਮਿਰਚਾਂ ਨੂੰ ਭੁੰਨ ਲਿਆ ਆਪਾਂ, ਪਾਵਾਂਗੇ ਟਮਾਟਰ, ਟੇਸਟ ਤੁਸੀਂ ਆਪਣੇ ਅਕੋਰਡਿੰਗ ਦੇ ਸਕਦੇ ਹੋ, ਬਸ ਇਹਦਾ ਇੱਕ ਤਰੀਕਾ ਹੀ ਆ, ਆਪਾਂ ਤਾਂ ਆਪਦੇ ਟੇਸਟ ਅਕੋਰਡਿੰਗ ਬਣਾ ਕੇ ਖਾਣਾ, ਆਪਾਂ ਬਿਮਾਰਾਂ ਵਾਲੇ ਓਟਸ ਨਹੀਂ ਖਾਣੇ, ਆਪਾਂ ਯੰਮੀ ਵਾਲੇ ਟੇਸਟੀ ਵਾਲੇ ਓਟਸ ਖਾਣੇ ਆ। ਇਹ ਆਪਣੇ ਓਟਸ ਇਹ ਪਾਉਂਦੇ ਹਾਂ, ਮੈਂ ਥੋੜ੍ਹਾ ਹੋਰ ਸੇਕ ਲਵਾ ਲਈਏ, ਮਸਾਲੇ ਪਾਵਾਂਗੇ ਵਿੱਚ, ਥੋੜ੍ਹੇ ਵਿੱਚ ਪਾਵਾਂਗੇ ਮੈਗੀ ਮਸਾਲਾ ਅਤੇ ਫਿਰ ਪਾਵਾਂਗੇ ਸੌਸੇਜ। ਬਾਹਰ ਬੱਦਲ ਹੋ ਗਏ ਆ, ਮੀਂਹ ਦਾ ਮੌਸਮ ਹੋ ਗਿਆ, ਗੁੰਨੂ ਹਜੇ ਆਇਆ ਨਹੀਂ, ਜਨਾਬ 'ਚ ਗਏ ਹੋਏ ਲੈਣ, ਕਿਉਂਕਿ ਸਾਹਿਬ ਨੇ ਖਾਣੇ ਨਹੀਂ ਸੀਗੇ, ਇਸ ਕਰਕੇ ਆਪਾਂ ਉਹਨਾਂ ਨੂੰ ਮਿੱਠੇ ਵਾਲੇ ਬਣਾ ਤੇ। ਭੂਆ ਅਤੇ ਦਾਦੀ, ਭੂਆ ਅਤੇ ਮੰਮੀ, ਗੁੰਨੂ ਅਤੇ ਸਾਹਿਬ, ਉਹ ਸਾਰੇ ਮਿੱਠੇ ਵਾਲੇ ਖਾਣਗੇ। ਆਪਾਂ ਫਸਟ ਟਾਈਮ ਟਰਾਈ ਕਰਦੇ ਹਾਂ, ਜੇ ਟੇਸਟੀ ਬਣੇ ਫਿਰ ਸਾਰਿਆਂ ਨੂੰ ਬਣਾ ਕੇ ਖਵਾ ਦਾਂਗੇ। ਲਓ ਜੀ, ਮਸਾਲੇ ਆਪਾਂ ਪਾ ਤੇ ਸੀ, ਥੋੜ੍ਹਾ ਜਿਹਾ ਪਾਇਆ ਪਾਣੀ, ਪਾਣੀ ਪਾਉਂਦੇ ਹਾਂ ਵਿੱਚ ਕਿਉਂਕਿ ਬਣਨੇ ਤਾਂ ਇਹ ਪਾਣੀ ਨਾਲ ਹੀ ਹੈ। ਪਾਣੀ ਪਾ ਕੇ ਅਤੇ ਕੁਛ ਟਾਈਮ ਆਪਾਂ ਇਹਨੂੰ ਢੱਕ ਕੇ ਸੇਕ ਲਵਾਉਂਦੇ ਹਾਂ। ਕੀ ਹੋ ਗਿਆ, ਕਿਉਂ ਲੜੀ ਜਾਂਦੇ ਹੋ? ਤੇਰੇ ਪਾਪਾ ਕਹਿੰਦੇ ਸੀ ਗੇਟ ਖੋਲ ਤੂੰ ਮੇਰੇ ਵਾਸਤੇ, ਤੈਨੂੰ ਪਤਾ ਨਹੀਂ ਮੈਂ ਕੌਣ ਐਕਟਿਵ ਅੰਦਰ ਲਾਤੀ, ਹਾਂ ਮੈਂ ਰਸੋਈ 'ਚ ਖੜੀ ਸਮਝ ਗਈ ਸੀਗੀ ਵੀ ਕਿਹੜਾ ਭੂਤ ਆਇਆ ਹੋਇਆ ਇਹ 'ਚ, ਤਾਂ ਹੀ ਮੈਨੂੰ ਆਉਣਾ ਪਿਆ। ਅੱਜ ਤੂੰ ਲੇਟ ਆਈ, ਅੱਜ ਲੇਟ ਆਈ, ਕੀ ਕਰਨ ਲੱਗ ਗਈ ਸੀ, ਗੱਲਾਂ ਮਾਰਨ ਲੱਗ ਗਈ? ਪਤਾ ਨਹੀਂ ਜਦੋਂ ਕਿਹਾ ਕਿ ਬੈਗ ਕਰ ਜਾ ਤਾਂ ਦੂਜੀ ਦੀ ਕਲਾਸ ਆ ਕੀ, ਤੂੰ ਕਰ ਵੱਡੇ ਗੇਟ ਆ ਜਾ ਕਰ, ਕਿਉਂ ਛੁੱਟੀ ਟਾਈਮ ਹਨ ਸਰ ਨੇੜੇ ਆ, ਵੱਡਾ ਗੇਟ ਨੇੜੇ ਪੈਂਦਾ ਤੈਨੂੰ, ਆ ਲੂੰਗੀ ਉਹਨਾਂ ਹੀ ਪੈਂਦਾ, ਦਾਲ ਖਾਣੀ ਹੈ ਜਿਹੜੀ ਬਣਾਵਾਂਗੇ ਖਵਾਵਾਂਗੇ ਤੈਨੂੰ, ਖਾ ਕੇ ਦੱਸੀ ਫਿਰ, ਮੂੰਹ ਵੇਖੇ ਬਣਾਇਆ ਕੀ ਆ ਦੱਸ। ਅੱਛਾ ਕੀ ਦਾਲ ਦੇ ਵਿੱਚ ਕੱਦੂ ਆਇਆ, ਦੇਖੋ ਗਾਈਸ ਮੇਰੀ ਕੁੜੀ ਦਾ ਦਿਮਾਗ, ਦਾਲ ਦੇ ਵਿੱਚ ਕੱਦੂ ਪਾਇਆ, ਤੁਹਾਨੂੰ ਇਹਦੇ ਵਿੱਚ ਮੈਂ ਤੋਂ ਪਹਿਲਾਂ ਦਿਖਾ ਚੁੱਕੀ ਹਾਂ, ਮੈਂ ਕੱਦੂ ਪਾਇਆ ਕਿਤੇ, ਇਹਨੂੰ ਜ਼ਰੂਰ ਦੱਸਿਓ ਕਿੰਨਾ ਹੀ ਗੁੰਨੂ ਵੱਧ ਕੱਦੂ ਨਹੀਂ ਪਾਇਆ ਇਹਦੇ ਵਿੱਚ, ਬਾਕੀ ਗੁੰਨੂ ਤੁਹਾਨੂੰ ਖਾ ਕੇ ਦੱਸੂਗੀ ਵੀ ਇਹਨੂੰ ਪਤਾ ਲੱਗਦਾ ਕਿ ਨਹੀਂ ਪਤਾ ਲੱਗਦਾ। ਸੌਸਿਸ ਪਾਤੀਆਂ ਆਪਾਂ, ਟਮਾਟੋ ਸੌਸ ਹੀ ਪਾਈ ਹੈ, ਬਾਕੀ ਤੁਸੀਂ ਆਪਦੇ ਅਕੋਰਡਿੰਗ ਪਾ ਸਕਦੇ ਹੋ, ਕੱਦੂ ਵਾਲੀ ਦਾਲ 'ਚ ਸੌਸਾ ਪਾਤੀਆਂ। ਬ੍ਰੇਕਫਾਸਟ ਵਾਓ, ਯਮੀ ਓਟਸ, ਓਟਸ ਹੈ ਮਸਾਲਾ ਓਟਸ, ਤੁਹਾਡੇ ਤਾਂ ਮਿੱਠੇ ਆ, ਗੁੰਨੂ ਤਾਂ ਟਰਾਈ ਕਰ ਸਕਦੀ ਹੈ ਨਾ, ਗੁੰਨੂ ਸੈਬੂ ਆਏ ਕਾ ਤੂੰ ਕਰ ਲਿਆ ਸਾਰਿਆਂ ਨੇ ਟੇਸਟ ਤਾਂ ਦੇਖਣ ਜੀ, ਐਵੇਂ ਲੱਗਦਾ ਕਿ ਉਹਦਾ ਕੋਈ ਸਵਾਦ ਹੀ ਨਹੀਂ ਹੋਣਾ, ਆਏ ਕਾ ਤੂੰ ਕਰੀ ਜਾਂਦੇ ਸਾਰੇ ਕੱਪੜੇ ਨਹੀਂ ਚੱਕੇ, ਗੁੰਨੂ ਗੁੰਨੂ ਨੂੰ ਦੱਸਤੇ ਕੀ ਬਣਾਇਆ, ਦੱਸਣਾ ਨਹੀਂ ਸੀ, ਖਵਾ ਕੇ ਟੇਸਟ ਕਰਾਉਣਾ ਸੀ, ਪੀਰੀ ਦਾਲ ਕਮਲੇ ਹੋ ਗਏ ਇਹ ਦਾਲ ਦੇ ਖਾਓ, ਤੁਸੀਂ ਦੱਸੋ ਸਪਾਈਡਰਮੈਨ ਗਾਇਸ ਸਪਾਈਡਰਮੈਨ ਸਪਾਈਡਰਮੈਨ ਗਰਮ ਹੋਣੇ ਅਜੇ ਤਾਂ, ਗੁੰਨੂ ਚੱਕ ਸਮਾਨ ਗਾਇਸ ਗਾਇਸ ਸਪਾਈਡਰਮੈਨ ਸਪਾਈਡਰਮੈਨ
ਪੋਹਾ ਦੀ ਭੈਣ ਆ ਇਹ ਪੋਹਾ ਦੀ ਭੈਣ ਪੋਹਾ ਵੀਰਾ ਔਰਸ ਭੈਣ ਇਹਦਾ ਉਹਦੇ ਰਿਐਕਸ਼ਨ ਤੇ ਲੈ ਲਓ ਹੁਣ ਛੋਲਿਆਂ ਦੀ ਦਾਲ ਦੇ ਕਿਵੇਂ ਛੋਲਿਆਂ ਦੀ ਦਾਲ ਛੋਲਿਆਂ ਦੀ ਦਾਲ ਹੈ ਸਵਾਦ ਆ ਐਵੇਂ ਮੂੰਹ ਜਿਹਾ ਬਣਾਉਂਦੀ ਸੀਗੀ ਐਵੇਂ ਨਹੀਂ ਤੇਰੀ ਮਾਂ ਫੜ ਪੂਰੇ ਧੱਫੜ ਹੋ ਗਿਆ ਹਈ ਚਲੋ ਕੋਈ ਨਾ ਕਰ ਲਾ ਕੰਮ ਹੋਰ ਕਨਾ ਪੇ ਹਟ ਜੂਗਾ ਭੈਣ ਜੀ ਇਹ ਕੀ ਚੱਲ ਰਿਹਾ ਟਾਈਮ ਆ ਡਾਂਸ ਦਾ ਅਸੀਂ ਪੜ੍ਹ ਰਹੇ ਹਾਂ ਤੂੰ ਡਾਂਸ ਕਰੀ ਚੱਲ ਕੀ ਹੋ ਗਿਆ ਕਿੱਥੇ ਜਾਣਾ ਲਾਉਣੀ ਆ ਬੋਤਲ ਲਾ ਦੀਏ ਸਾਢੇ ਦਸ ਦੀ ਰੱਖੀ ਚੱਲ ਆ ਜਾ ਥੱਕ ਗਿਆ ਉਹ ਮੁੰਡੀ ਹੁਣ ਖੇਡ ਗਿਆ ਥੱਕ ਗਿਆ ਵਿਚਾਰਾ ਸੌ ਗਿਆ ਹੁਣ ਉੱਠੀ ਨਾ ਠੀਕ ਹੈ ਅਸੀਂ ਦਾਦੂ ਦੇ ਬੋਤਲ ਲੱਗ ਗਏ ਉਹਨੇ ਦੁਬਾਰਾ ਜਿਹੜੀ ਲਾਤੀ ਸੀਗੀ ਥੋੜ੍ਹੀ ਜਿਹੀ ਰਹਿ ਗਈ ਉਹ ਲਾ ਦਈਏ ਫਿਰ ਪੂਰੀ ਹੋ ਜੂਗੀ ਬਾਂਹ ਦੁੱਖ ਥੱਕ ਗਈ ਸੀ ਡੈਡੀ ਦੀ ਤੈਨੂੰ ਕੀ ਦੱਸਾਂ ਹੈ
ਪੈ ਜਾਓ ਥੱਲੇ ਓਕੇ ਲਾਉਣੀ ਹੈ ਬੋਤਲ ਪੈ ਜਾਓ ਥੱਲੇ ਓਕੇ ਹਾਂ ਕੈਂਡ ਬਣਾਤਾ ਸਰਦੀ ਬੜੇ ਦਿਨਾਂ ਬਾਅਦ ਆ ਗਿਆ ਜਾ ਦਾ ਡੈਡੀ ਦੇਖੋ ਚੰਗੀ ਤਰ੍ਹਾਂ ਤੁਹਾਡੀ ਫੋਟੋ ਯਾਦ ਹੈ ਡੈਡੀ ਯਾਦ ਹਾਂ ਯਾਦ ਆ ਆਏ ਯਾਦ ਸਾਰਾ ਕੁਛ ਆ ਪੋਲੂ ਆ ਗਿਆ ਕਿੱਥੇ ਆ ਕੇ ਮਿਲਿਆ ਦੇਖੋ ਪੋਲੂ ਚੰਗੀ ਤਰ੍ਹਾਂ ਨੱਪ ਕੇ ਫਿਰ ਕੱਢਿਆ ਕਰੋ ਫਿਰ ਲਾ ਲਿਆ ਕਰੋ ਫਿਰ ਬਲੱਡ ਗਾਹ ਨਹੀਂ ਜਦੋਂ ਬਲੱਡ ਆ ਜਾਂਦਾ ਉਹ ਬਰੀਕ ਹੁੰਦੀ ਟਾਈਮ ਹੋ ਗਿਆ ਗੁਨੂ ਦਾ ਚਲੋ ਲੋ ਜੀ ਉਹ ਗਏ ਇਹ ਦੇਖੋ ਹਾਂ ਇਮੋਸ਼ਨਲ ਹੋ ਗਿਆ ਸੀ ਇਹ ਡੈਡੀ ਕੋਲੋਂ ਪੜਿਆ ਗਿਆ ਡੈਡੀ ਕੋਲੇ ਚੁੰਬੇ ਸਕੂਲ 'ਚ ਡੈਡੀ ਪ੍ਰਿੰਸੀਪਲ ਸੀਗੇ ਉੱਥੇ ਪੜ੍ਹਦਾ ਹੁੰਦਾ ਸੀ ਅੱਜ ਦੇਖੋ ਪ੍ਰਿੰਸੀਪਲ ਦਾ ਇਹ ਬੰਦਾ ਹਾਲਾਤ ਦੇਖ ਕੇ ਕੀ ਤੋਂ ਕੀ ਹੋ ਜਾਂਦਾ ਉਹ ਇਮੋਸ਼ਨਲ ਹੋ ਗਿਆ ਸੀਗਾ ਵਿਚਾਰਾ ਚਲੋ ਰੱਬ ਦੇ ਰੰਗਾਂ ਨੂੰ ਕੋਈ ਨਹੀਂ ਬਦਲ ਸਕਦਾ ਉਹ ਕਹਿੰਦਾ ਸਰ ਦੀ ਇੰਨੀ ਪਰਸਨੈਲਿਟੀ ਹੁੰਦੀ ਸੀ ਫੋਟੋ ਵੀ ਉਹਦੇ ਕੋਲ ਪਹਿਲਾਂ ਵੀ ਸਾਨੂੰ ਭੇਜਦਾ ਹੁੰਦਾ ਅਤੇ ਪਹਿਲਾਂ ਵੀ ਅੱਜ ਦੇਖੋ ਉਹੀ ਆ ਗਿਆ ਹੋਸਪਿਟਲ 'ਚ ਕੰਮ ਕਰਦਾ ਇਹ ਅਤੇ ਵੈਸੇ ਤਾਂ ਡ੍ਰਿਪ ਕੋਈ ਹੋਰ ਮੁੰਡਾ ਲੱਗ ਗਿਆ ਸੀਗਾ ਦੇਖੋ ਆਉਣਾ ਤਾਂ ਉਹਨੇ ਸੀਗਾ ਅਤੇ ਫਿਰ ਇਹ ਕਹਿੰਦਾ ਉਹ ਉਹ ਕਿਤੇ ਚਲਿਆ ਗਿਆ ਉਹਨਾਂ ਦੀ ਡੈਥ ਹੋ ਗਈ ਅਤੇ ਫਿਰ ਇਹਨੂੰ ਫੋਨ ਕੀਤਾ ਇੱਥੇ ਨੇੜੇ ਸੀਗਾ ਕਹਿੰਦਾ ਮੈਂ ਲਾ ਦਿੰਦਾ ਉਹ ਅਸੀਂ ਲਾਉਂਦੇ ਸੀ ਨਾ ਡ੍ਰਿਪ ਅਤੇ ਉਹ ਚੱਲੀ ਨਹੀਂ ਸੀਗੀ ਉਹ ਅੰਦਰ ਬਲੱਡ ਥੋੜ੍ਹਾ ਜਿਹਾ ਅੱਗੇ ਮਾੜਾ ਮੋਟਾ ਜੰਮ ਜਾਂਦਾ ਉਹਦੇ ਕਰਕੇ ਗੁਨੂੰ ਵੇਟ ਕਰਦੀ ਹੋਣੀ ਆ ਹੁਣ ਚੱਲ ਪਈ ਡ੍ਰਿਪ ਥੋੜ੍ਹੀ ਜਿਹੀ ਹੁਣ ਕਰ ਹੀ ਦਿੰਦੇ ਹਾਂ ਤੇਜ਼ ਅਤੇ ਉਹ ਜਲਦੀ ਹੋ ਜੂਗੀ ਨਾ ਪੂਰੀ ਹਾਂ ਕਹਿੰਦੇ ਪੋਲੂ ਕਹਿੰਦੇ ਹੁੰਦੇ ਸੀ ਮੈਨੂੰ ਵਧੀਆ ਸੀਗੇ ਸੁਭਾਅ ਦੇ ਫਿਰ ਬੱਚਿਆਂ ਦਾ ਮੋਹ ਕਰਦੇ ਸੀਗੇ ਗੁਨੂੰ ਅੱਜ ਲੇਟ ਹੋ ਗਈ ਗੁਨੂੰ ਡੀਕਦੀ ਹੋਣੀ ਆ ਹੁਣ ਜਨਾਬ ਜੀ ਚੱਲੇ ਗੁਨੂੰ ਨੂੰ ਲੈਣ ਸਾਰਾ ਦਿਨ ਇੱਦਾਂ ਹੀ ਲੰਘ ਜਾਂਦਾ ਫਿਰ ਗੁਨੂੰ ਨੂੰ ਅਕੈਡਮੀ ਛੱਡ ਕੇ ਲੈ ਲਿਓ ਕਿੱਥੋਂ ਲੈਣੀ ਆ ਜੀ ਗਾਈਸ ਅੱਜ ਆਪਾਂ ਨੇ ਬਣਾਏ ਆ ਸੁੱਕੇ ਆਲੂ ਜਦੋਂ ਬਣ ਗਏ ਉਦੋਂ ਹੀ ਦਿਖਾਵਾਂਗੇ ਤੁਹਾਨੂੰ ਅਤੇ ਉਹ ਦੇਖ ਤੁਹਾਨੂੰ ਦੱਸਿਆ ਸੀ ਨਾ ਸੁਬਹਾ ਗੀਜ਼ਰ ਖਰਾਬ ਹੋ ਗਿਆ ਉਹ ਦੇਖੋ ਖੋਲ੍ਹ ਗਏ ਖੋਲ੍ਹ ਕੇ ਗਏ ਆ ਉਹਨੂੰ ਸਮਾਨ ਲੈਣ ਗਏ ਆ ਜੇ ਮਿਲ ਗਏ ਤਾਂ ਲੇਟ ਹੋ ਗਏ ਸੀਗੇ ਆ ਜਾ ਪੁੱਤ ਹੁਣ ਆਜੋ 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 ਬਹੁਤ ਟਾਈਮ ਹੋ ਗਿਆ ਗੁਨਾ ਹਜੇ ਆਇਆ ਨਹੀਂ ਅਤੇ ਸਮਾਨ ਲੈਣ ਗਿਆ ਮਿਸਤਰੀ ਕਹਿੰਦੇ ਜੇ ਸ਼ੋਪ ਖੁੱਲ੍ਹੀ ਹੋਈ ਤਾਂ ਹੁਣ ਲਿਆ ਕੇ ਪਾ ਦੂੰਗਾ ਨਹੀਂ ਫਿਰ ਸੁਬਹਾ ਚੱਲ ਆ ਜਾ ਫਿਰ ਅੰਕਲ ਨੇ ਉਹ ਗੀਜ਼ਰ ਸਹੀ ਕਰਨਾ ਪਹਿਲਾਂ ਨਾਲ ਦੇਖਦੇ ਹਾਂ ਹੁਣ ਕੀ ਬਣਦਾ ਹੁਣ ਸਹੀ ਹੁੰਦਾ ਜਾਂ ਕੱਲ੍ਹ ਸਹੀ ਹੋਊਗਾ ਕਹਿੰਦੇ ਕੰਮ ਹੀ ਬਹੁਤ ਆ ਦਿਵਾਲੀ ਕਰਕੇ ਵਿਹਲ ਹੀ ਨਹੀਂ ਮਿਲਦੀ ਤਾਂ ਹੀ ਇੰਨਾ ਲੇਟ ਹੋ ਗਏ ਫੋਨ ਤਾਂ ਸੁਬਹਾ ਦਾ ਕੀਤਾ ਹੋਇਆ ਸੀਗਾ ਬਟ ਆਏ ਹੁਣ ਸੀਗੇ ਹੁਣ ਦੇਖਦੇ ਗਏ ਤਾਂ ਹੈ ਕਹਿੰਦੇ ਜੇ ਸ਼ੋਪ ਖੁੱਲ੍ਹੀ ਹੋਈ ਤਾਂ ਫਿਰ ਤਾਂ ਲਿਆ ਕੇ ਪਾ ਦੂੰਗਾ ਗੀਜ਼ਰੋ ਕੀ ਪਤਾ ਨਾ ਉਹ ਕੀ ਕਹਿੰਦੇ ਜੇ ਸਮਾਨ ਨਾ ਮਿਲਿਆ ਫਿਰ ਸੁਬਹਾ ਸਹੀ ਕਰਕੇ ਜਾਣਗੇ ਤੂੰ ਪਹਿਲਾਂ ਨਾਲ ਆ ਸਬਜ਼ੀ ਨਹੀਂ ਪਾਈ ਸਬਜ਼ੀ ਤਾਂ ਹੈ ਨਹੀਂ ਤੁਹਾਡੀ ਪਲੇਟ 'ਚ ਰੋਟੀਆਂ ਖਾਈ ਜਾਂਦੇ ਹਾਂ
ਹੁਣ ਖਾਣ ਲੱਗੇ ਹਾਂ ਗਾਈਜ਼, 8:30 ਹੋ ਗਏ ਜਦੋਂ ਦੇ ਤੁਸੀਂ ਗਏ ਹੋ ਉਦੋਂ ਦੀ ਮੇਰੀ ਉਦੋਂ ਦਾ ਖੜਾ ਮੈਂ ਰਸੋਈ 'ਚ, ਹੁਣ ਆ ਕੇ ਬੈਠਾ 2 ਘੰਟਿਆਂ ਬਾਅਦ, ਹੁਣ ਵਿਹਲਾ ਹੋਇਆ ਸਾਰੇ ਕੰਮ ਨੂੰ ਵੇੜ ਕੇ, ਹਜੇ ਰੋਟੀ ਖਾਣ ਦਾ ਟਾਈਮ ਆ 8:30, ਅੱਜ ਰੋਟੀਆਂ ਲੇਟ ਸਾਡੀਆਂ, 8 ਵਜੇ ਤੋਂ ਬਾਅਦ ਤਾਂ ਗੁੰਨੂ ਮੈਡਮ ਆਏ ਹੀ ਆ, ਹੁਣ ਨਹਾ ਨਹੁ ਕੇ ਹੁਣ ਵਿਹਲੇ ਹੋਏ ਹਾਂ ਅਸੀਂ ਸਾਰੇ ਜਾਣੇ ਨਹਾ ਕੇ, ਆ ਜਾਓ ਗਾਈਸ ਰੋਟੀ ਖਾ ਲਓ ਤੁਸੀਂ, ਆਇਰਨ ਮੈਨ ਬਣ ਜਾਂਦੀ ਹੈ ਸਪਾਈਡਰ ਕੀ ਪਤਾ ਪੁਰਾਣੀਆਂ ਖੁਰਾਕਾਂ ਖਾਧੀਆਂ ਤਾਂ ਭੂਆ ਗੋਰੀ ਚਿੱਟੀ ਪਈ ਹੈ ਦੇਖ ਲੈ ਮੂੰਹ ਸਾਫ ਪਿਆ ਕਿੰਨਾ ਚਿੱਟੇ ਰੰਗ ਦੀ ਚਿੱਟੇ ਰੰਗ ਦੀ ਚਿੱਟੇ ਰੰਗ ਨੂੰ ਪੰਜਾਬੀ ਚ ਸਮਝਾ ਕੂੜਾ ਸੁਣਾ ਭੂਆ ਤੁਸੀਂ ਮੈਂ ਤਾਂ ਬਹੁਤ
ਡੈਡੀ ਤੋਂ ਕਿੰਨੀ ਵੱਡੀਆਂ ਤੋਂ ਦਸ ਹੋ ਗਈ ਤਾਈ ਤੋਂ ਵੱਡੀ ਆ ਫਿਰ 80 ਦੇ ਹੋ ਗਏ ਨੇੜੇ